ਦੁੱਲਾ ਭਾਨ ਯਾਰ ਤੇ ਜਵਾਲ ਆਦਮੀ ਇਹ ਮਰਜ਼ੀ ਨਿਸ਼ਾਨੀ ਬਾਕੀ ਰਹਿੰਦੇ ਗੱਲ ਆਹੋ ਜਾਂ ਫਰੈਸ਼ ਕਰ। ਅਸਲਾਮ ਵਾਲੇਕਮ ਜੀ, ਵੇਖੋ ਪੰਜਾਬ ਚੈਨਲ 'ਤੇ ਜੀ ਆਇਆਂ ਨੂੰ ਸੁਣੀਓ, ਜਿਉਂਦੇ ਵਾਸਤੇ ਰਹੋ। ਮੈਂ ਸੱਜਾਦ ਜੱਟ, ਅਦਾਕਾਰ ਮੁਸਤਫਾ ਟਿੰਡ। ਮੈਂ ਬੜੀਆਂ ਬੜੀਆਂ ਉਹਦੀਆਂ ਫਿਲਮਾਂ ਵੇਖੀਆਂ, ਲੇਕਿਨ ਨਿੱਕੇ ਨਿੱਕੇ ਰੋਲ, ਐਕਸਟਰਾ ਟਾਈਪ। ਲੇਕਿਨ ਅੱਜ ਮੈਂ ਇੱਕ ਐਸੀ ਫਿਲਮ ਦਾ ਰਿਵਿਊ ਤੁਹਾਡੇ ਤੀਕਰ ਲੈ ਕੇ, ਉਹਦਾ ਸੀਨ ਤੁਹਾਡੇ ਤੀਕਰ ਲਿਆ ਗਿਆ, ਜਿਹਦੇ ਵਿੱਚ ਮੁਸਤਫਾ ਟਿੰਡ ਨੇ ਇੱਕ ਚੌਧਰੀਆਂ ਵਾਲਾ ਰੋਲ ਕੀਤਾ, ਅਤੇ ਫਿਲਮ ਦਾ ਸਟਾਰਟ ਹੀ ਉਸ ਬੰਦੇ ਤੋਂ ਲਿਆ ਜਾਂਦਾ। ਬਹੁਤ ਅੱਛਾ ਰੋਲ ਹੈ ਉਹਦਾ, ਸੀਨ ਬੜਾ ਕਮਾਲ ਹੈ, ਜਿਹੜਾ ਉਹਨੇ ਡਾਇਲੋਗ ਬੋਲਿਆ ਉਹ ਲਾਜਵਾਬ ਹੈ। ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖਣੇ ਆ। ਲਓ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ, ਤਾਂ ਕਿ ਅਜਿਹੀਆਂ ਗੱਲਾਂ ਬਾਤਾਂ ਵੀ ਤੁਹਾਡੇ ਸਾਹਮਣੇ ਅਸੀਂ ਲਿਆਉਂਦੇ ਰਹੀਏ। ਅਦਾਕਾਰ ਮੁਸਤਫਾ ਟਿੰਡ ਨੇ ਜੀ ਕੋਈ 60 ਦੀ ਦਹਾਈ ਤੋਂ ਸਟਾਰਟ ਲਿਆ, ਅਤੇ ਬੜਾ ਕੰਮ ਕੀਤਾ ਉਸ ਬੰਦੇ ਨੇ, ਇੰਤਹਾ ਦਾ ਕੰਮ ਕੀਤਾ। ਲੇਕਿਨ ਉਹਦੇ 'ਤੇ ਕਦੀ ਕਿਸੇ ਨੇ ਗੱਲ ਹੀ ਨਹੀਂ ਸੀ ਕੀਤੀ। ਅਸੀਂ ਪਹਿਲੀ ਵੀਡੀਓ ਜਿਹੜੀ ਸਾਡੀ ਜ਼ਿਆਦਾ ਜਿਹੜੀ ਚੱਲੀ ਨਾ, ਉਹ ਅਸੀਂ ਮੁਸਤਫਾ ਟਿੰਡ ਸਾਹਿਬ 'ਤੇ ਬਣਾਈ, ਅਤੇ ਜਿੱਥੋਂ ਫਿਰ ਵੇਖੋ ਵੇਖੀ, ਚਲੋ ਬਾਕੀ ਲੋਕਾਂ ਨੇ ਬੜੇ ਵਲੋਗ ਕੀਤੇ ਨੇ। ਦੁਆ ਹੈ ਕਿ ਅੱਲਾਹ ਪਾਕ ਮੁਸਤਫਾ ਟਿੰਡ 'ਤੇ ਆਪਣੀਆਂ ਰਹਿਮਤਾਂ ਕਰੇ, ਅੱਗੇ ਦਾ ਉਹਦਾ ਭਲਾ ਕਰੇ। ਅੱਛਾ, 1972 ਵਿੱਚ ਇੱਕ ਫਿਲਮ ਰਿਲੀਜ਼ ਹੁੰਦੀ ਹੈ ਜਿਹਦਾ ਨਾਂ ਹੈ ਜੀ ਪੁੱਤਰ ਹੱਟਾਂ 'ਤੇ ਨਹੀਂ ਵਿਕਦੇ। ਹੁਣ ਇਹਦੇ ਵਿੱਚ ਜਿਹੜਾ ਮੇਨ ਲੀਡ 'ਤੇ ਨੇ ਉਹ ਨੈਸਨ ਭੱਟੀ ਹੋਰੀ ਨੇ, ਕੈਫੀ ਸਾਹਿਬ ਨੇ, ਭੱਟੀਆਂ ਦੀ ਫਿਲਮ। ਇਹਦੇ 'ਚ ਅਲਾਉਦੀਨ ਸਾਹਿਬ ਨੇ ਬੜਾ ਸ਼ਾਨਦਾਰ ਦੁਖੀ ਜਿਹਾ ਕਰੈਕਟਰ ਕੀਤਾ ਜੀ, ਕਰੈਕਟਰ ਐਕਟਰ। ਉਹ ਆਪਣਾ ਪਿੰਡ ਦਾ ਚੌਧਰੀ ਹੁੰਦਾ ਜਿਹਦੇ ਘਰ ਔਲਾਦ ਨਹੀਂ ਹੁੰਦੀ। ਲੇਕਿਨ ਸਟਾਰਟ ਜਿਹੜਾ ਨਾ ਫਿਲਮ ਦਾ, ਉਹ ਜਦੋਂ ਟਾਈਟਲ ਨਾਂ ਨੂੰ ਸਾਰੇ ਗੁਜ਼ਰਦੇ ਨੇ ਨਾ, ਮੁਸਤਫਾ ਟਿੰਡ ਨੇ ਵੱਡੀ 2 ਸ਼ਿਮਲਿਆਂ ਵਾਲੀ ਪੱਗ ਬੰਨੀ, ਹੋਰ ਪਿੰਡ ਦੇ ਲੋਕ ਬੈਠੇ ਨੇ ਬੈਠਕ ਵਿੱਚ, ਇੰਨੀ ਦੇਰ ਨੂੰ ਨਾ ਅੰਦਰੋਂ ਇੱਕ ਮਾਈ ਨਿਕਲਦੀ ਹੈ, ਕੁ ਪਿੰਡ ਦੀ ਜਾਂ ਦਾਈ ਲਾ ਲਓ, ਉਹ ਕਹਿੰਦੀ ਹੈ ਕਿ ਭਰਾ ਫਜ਼ਲੂ ਮੁਬਾਰਕ ਹੋਏ, ਅੱਲਾਹ ਨੇ ਤੈਨੂੰ ਪੁੱਤਰ ਦਿੱਤਾ। ਉਹ ਬੜਾ ਖੁਸ਼ ਹੁੰਦਾ, ਸਾਰੇ ਉਹਨੂੰ ਮੁਬਾਰਕ ਦਿੰਦੇ ਨੇ, ਉਹ ਵੀ ਖੈਰ ਮੁਬਾਰਕ ਕਹਿੰਦਾ, ਅਤੇ ਉਹ ਕਹਿੰਦਾ ਜੀ ਪਿੰਡ ਦੀ ਰਸਮ ਦੇ ਮੁਤਾਬਕ ਪਿੰਡ 'ਚ ਮੁਜਰਾ ਹੋਏਗਾ, ਹੁਣ ਕੰਜਰੀਆਂ ਨੱਚਣਗੀਆਂ ਆ ਕੇ, ਉਸ ਪਿੰਡ ਦਾ ਰਿਵਾਜ ਹੁੰਦਾ ਉਦੋਂ। ਖੈਰ ਇਹ ਗੱਲ ਜਦੋਂ ਹੁੰਦੀ ਹੈ ਤਾਂ ਕਹਿੰਦੇ ਯਾਰ ਪਿੰਡ ਦੇ ਚੌਧਰੀ ਨੂੰ ਵੀ ਸੱਦਾ ਦਿਓ, ਯਾਨੀ ਕਿ ਅਲਾਉਦੀਨ ਸਾਹਿਬ ਨੂੰ। ਪਰ ਉਹ ਕਹਿੰਦੇ ਨੇ ਯਾਰ ਵੇਖੋ ਅੱਲਾਹ ਦੀ ਸ਼ਾਨ ਹੈ ਕਿ ਉਹ ਲੋਕਾਂ ਦੇ ਦੁੱਖ ਦਰਦਾਂ ਵਿੱਚ ਸ਼ਾਮਿਲ ਹੋਣ ਵਾਲਾ ਬੰਦਾ, ਰੱਬ ਨੇ ਉਹਨੂੰ ਔਲਾਦ ਹੀ ਨਹੀਂ ਦਿੱਤੀ। ਮੁਸਤਫਾ ਟਿੰਡ ਨੇ ਇੱਥੇ ਜਿਹੜੇ ਬੋਲ ਬੋਲੇ ਨੇ ਨਾ, ਕਿਉਂਕਿ ਪਿੰਡ ਦਾ ਚੌਧਰੀ ਜਿਹੜਾ ਹਾਸ਼ਮ ਹੁੰਦਾ, ਉਹ ਆਂਦਾ ਯਾਰ ਲੋਕਾਂ ਦੇ ਦੁੱਖਾਂ ਦਰਦਾਂ ਵਿੱਚ ਸ਼ਾਮਿਲ ਹੁੰਦਾ, ਕਿਸੇ ਦੀ ਗਮੀ ਖੁਸ਼ੀ ਹੋਏ ਵਿੱਚ ਬਰਾਬਰ ਸ਼ਰੀਕ ਹੁੰਦਾ, ਭਲਾ ਬੰਦਾ। ਮੁਸਤਫਾ ਟਿੰਡ ਕਹਿੰਦਾ ਇਸ ਦੁਨੀਆਂ ਵਿੱਚ ਜਿਹੜੇ ਬਹੁਤੇ ਭਲੇ ਲੋਕ ਨੇ ਨਾ, ਬਹੁਤੀਆਂ ਕੀ ਆਉਂਦੇ ਹੁੰਦੇ ਨੇ ਕਿ ਅਜ਼ਮਾਇਸ਼ਾਂ, ਦੁੱਖ ਵੀ ਬਹੁਤੇ ਉਹਨਾਂ ਨੂੰ ਮਿਲਦੇ ਨੇ। ਰੁੱਖ ਕਿਉਂ ਨਾ ਭਰਿਆ ਜਾ ਭਰਾ ਗਾਮਿਆਂ, ਹਰ ਪੁੱਤਰ ਦੇ ਜੰਮਣ ਦੀ ਖੁਸ਼ੀ ਚ ਸ਼ਰੀਕ ਆਉਣ ਵਾਲਾ ਚੌਧਰੀ ਆ ਬੇ ਔਲਾਦ ਏ, ਤੇ ਉਹਦੇ ਕਾਰਨ ਨਾ ਔਲਾਦ ਆਉਂਦਾ ਦੁੱਖ ਤੇ ਸਾਰੇ ਪਿੰਡ ਨੂੰ। ਪਤਾ ਨੀ ਕਿਹੜੇ ਕੰਮਾਂ 'ਚ ਰਾਜ਼ੀ ਹੈ, ਐਡਾ ਚੰਗਾ ਤੇ ਬਾਸੂਲ ਆਦਮੀ ਅਸੀਂ ਆਪਣੀ ਪੂਰੀ ਯਾਤਰੀ ਨੂੰ ਵੇਖਿਆ। ਇਸ ਦੁਨੀਆਂ 'ਚ ਬਹੁਤੀਆਂ ਤਕਲੀਫਾਂ ਵੀ ਬਹੁਤੀਆਂ ਚੰਗੀਆਂ ਬੰਦੀਆਂ ਨੂੰ ਆਉਂਦੀਆਂ ਨੇ, ਤੁਸੀਂ ਹੁਣ ਜਾ ਕੇ ਆਪਣਾ ਕੰਮ ਕਰੋ ਤੇ ਮੈਂ ਆਪਣੇ ਪੁੱਤਰ ਦੀ ਸ਼ਕਲ ਵੇਖਾਂ। ਅੱਛਾ ਆਓ। ਇਹ ਗੱਲ ਇਸ ਤਰ੍ਹਾਂ ਕਿ ਆਉਂਦੇ ਨੀ ਕਿ ਭਾਂਡਾ ਬਹੁਤਾ
ਯਾਨੀ ਕਿ ਚੰਗਾ ਬਣਾਉਣਾ ਹੋਏ ਨਾ, ਸਖ਼ਤ ਬਣਾਉਣਾ ਹੋਏ, ਤੁਹਾਨੂੰ ਬਹੁਤੀ ਦੇਰ ਪਕਾਉਣਾ ਪੈਂਦਾ, ਅੱਗ 'ਚ ਧਰਨਾ ਪੈਂਦਾ। ਅਤੇ ਜਿਹੜਾ ਪੱਕਿਆ ਹੁੰਦਾ ਨਾ, ਫਿਰ ਉਹ ਠੂੰਗਾ ਮਾਰ ਕੇ ਵੀ ਲੋਕ ਬਹੁਤਾ ਪਤਾ ਨਾ ਇਸ ਤਰ੍ਹਾਂ ਵੇਖਦੇ ਨੇ, ਕੱਚੇ ਨੂੰ ਕਿਸੇ ਕੀ ਵੇਖਣਾ। ਅਤੇ ਜਿਹੜਾ ਨੇਕ ਭਲਾ ਬੰਦਾ ਹੁੰਦਾ ਨਾ, ਰੱਬ ਅਜ਼ਮਾਇਸ਼ਾਂ ਉੱਤੇ ਤਾਂ ਲਿਆਉਂਦਾ ਕਿ ਉਹਦੇ ਵਿੱਚ ਅੱਲਾ ਨੇ ਸਬਰ ਵੀ ਉਹਨਾਂ ਪੈਦਾ ਕੀਤਾ ਹੁੰਦਾ। ਉਹ ਲੋਕਾਂ ਵਾਸਤੇ ਇੱਕ ਕੀ ਆਉਂਦੇ ਹੁੰਦੇ ਨੇ, ਇੱਕ ਸਬਕ ਹੁੰਦਾ। ਸਮਝ ਆਈ ਕਿ ਨਹੀਂ ਆਈ? ਬਾਕੀ ਕਮਾਲ ਯਾਰ, ਇੱਥੇ ਜਿਹੜਾ ਬੋਲਣ ਦਾ ਅੰਦਾਜ਼, ਜਿਹੜੀ ਟੈਂਪੋ, ਜਿਹੜਾ ਕਿ ਲਹਿਜਾ ਮੁਸਤਫਾ ਟੈਂਟ ਦਾ, ਅਖੀਰ ਹੈ ਯਾਰ ਕਿ ਜਦੋਂ ਪੁੱਤਰ ਦੀ ਖੁਸ਼ੀ 'ਚ ਉਹਦਾ ਡਾਇਲੋਗ ਤੁਸੀਂ ਸੁਣਨੇ ਨੇ, ਅਖੀਰ ਕਰ ਦਿੰਦਾ ਬੰਦਾ। ਬਾਕੀ ਫਿਰ ਜਿਹੜੀ ਫਿਲਮ ਉਹ ਮੁਜਰਾ ਹੁੰਦਾ, ਫਿਰ ਉਹ ਅਦਾਕਾਰਾ ਨਿੱਗੋ ਅਤੇ ਨਾਲ ਇੱਕ ਹੋਰ ਹੁੰਦੀਆਂ ਨੇ, ਸਾਰਾ ਕੁਝ ਆਉਂਦਾ। ਇਹ ਫਿਰ ਕੀ ਹੁੰਦਾ ਕਿ ਇੱਕ ਪਿੰਡ 'ਚ ਸਾਈਂ ਬਾਬਾ ਹੁੰਦਾ, ਉਹਦੇ ਨਾਲ ਗੱਲਬਾਤ ਕਰਦਾ ਅਲਾਉਦੀਨ। ਉਹ ਕਹਿੰਦਾ ਕਿ ਦੁਆ ਕਰੋ ਬਾਬਾ ਜੀ ਮੇਰੇ ਘਰ ਵੀ ਮੈਨੂੰ ਵਾਰਸ ਅੱਲਾ ਪੈਦਾ ਕਰ ਦੇ। ਉਹ ਕਹਿੰਦਾ ਤੈਨੂੰ ਵਾਰਸ ਮਿਲ ਸਕਦਾ, ਤੂੰ ਕਿਸੇ ਯਤੀਮ ਬੱਚੇ ਨੂੰ ਗੋਦ ਲੈ ਲੈ, ਉਹਦੇ ਸਿਰ 'ਤੇ ਹੱਥ ਧਰ ਦੇ, ਉਹਦੇ ਸਦਕੇ ਵੇਖਣਾ ਕਿ ਰੱਬ ਤੇਰੇ 'ਤੇ ਵੀ ਆਪਣੀਆਂ ਕਰਮ ਨਵਾਜ਼ੀਆਂ ਫਰਮਾਏਗਾ। ਮੈਨੂੰ ਲੱਗਦਾ ਕਿ ਉਹ ਯਤੀਮ ਆਖਣ ਦਾ ਮਕਸਦ ਇਹ ਸੀ ਸਿਰਫ ਕਿ ਆਕਾ ਕਰੀਮ ਅਲੈਹਿ ਸਲਾਤੁ ਵਸਸਲਾਮ, ਅੱਲਾ ਪਾਕ ਨੇ ਤੁਹਾਨੂੰ ਪਤਾ ਬਚਪਨ ਵਿੱਚ ਹੀ ਵਾਲਦੈਨ ਦਾ ਸਾਇਆ ਉਠਾ ਲਿਆ, ਅਤੇ ਅੱਲਾ ਦਾ ਪਿਆਰਾ ਹਬੀਬ ਪਤਾ ਯਤੀਮਾਂ 'ਤੇ ਕਿੰਨੀ ਮਿਹਰਬਾਨੀ ਸ਼ਫਕਤ ਫਰਮਾਉਂਦੇ ਹੁੰਦੇ। ਹਾਏ ਹਾਏ, ਉਹਨਾਂ ਵਰਗਾ ਤਾਂ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਹੋ ਸਕਦਾ ਇਸ ਵਾਸਤੇ ਗੱਲ ਹੋਏ ਕਿ ਉਹ ਸਰਕਾਰ ਦੀ ਵਜ੍ਹਾ ਤੋਂ, ਕਿ ਉਹ ਸਰਕਾਰ ਖੁਦ ਜਿਹੜੇ ਨੇ ਇਸ ਤਰ੍ਹਾਂ ਸੀ, ਤਾਂ ਫਿਰ ਯਤੀਮਾਂ 'ਤੇ ਵੀ ਜਿਹੜਾ ਨਾ ਬੜੀ ਮੁਹੱਬਤ ਫਰਮਾਉਂਦੇ ਸੀ, ਉਹਨਾਂ ਦੇ ਦੁੱਖ ਨਹੀਂ ਸੀ ਵੇਖ ਸਕਦੇ। ਅਗਰ ਤੂੰ ਕਿਸੇ ਯਤੀਮ 'ਤੇ ਹੱਥ ਧਰੇਗਾ ਤਾਂ ਵੇਖਣਾ ਰੱਬ ਸੋਹਣਾ ਤੇਰੀਆਂ ਵੀ ਝੋਲੀਆਂ ਭਰ ਦੇਗਾ, ਤੈਨੂੰ ਖੁਸ਼ੀਆਂ ਦੇਵੇਗਾ। ਪਰ ਇੱਕ ਗੱਲ ਹੀ ਕਿ ਜਦੋਂ ਅੱਲਾ ਤੈਨੂੰ ਖੁਸ਼ੀ ਦੇ ਦੇ ਤੇਰੇ ਘਰ ਪੁੱਤਰ ਹੋਵੇ, ਤਾਂ ਜਿਹੜਾ ਤੁਹਾਡੇ ਪਿੰਡ ਰਸਮ ਇੱਕ ਰਿਵਾਜ਼ ਬਣਿਆ ਇਹ ਪੁੱਤਰ ਹੋਣ ਦੇ ਚਾਅ ਵਿੱਚ ਮੁਜਰਾ ਕਰਨਾ, ਕੰਜਰੀਆਂ ਨੇ ਚਾਹਣੀਆਂ, ਇਹ ਤੂੰ ਖਤਮ ਕਰਨਾ। ਉਹ ਵਾਅਦਾ ਕਰ ਲੈਂਦਾ। ਚਲੋ ਅੱਲਾ ਪਾਕ ਕੋਈ ਸਮਾਂ ਲੰਘਦਾ ਤਾਂ ਉਹਦੇ ਘਰ ਪੁੱਤਰ ਹੋ ਪੈਂਦਾ। ਉਹ ਕਹਿੰਦਾ ਮੈਂ ਸਾਰੇ ਮੁਬਾਰਕਾਂ ਦੇ ਨਾਲ ਜੀ ਅੱਜ ਪਿੰਡ 'ਚ ਮੁਜਰਾ ਹੋਏਗਾ। ਉਹ ਕਹਿੰਦਾ ਇਹ ਕੰਮ ਨਹੀਂ ਕਰਨਾ। ਖੈਰ ਉਹ ਪਿੰਡ ਵਾਲੇ ਨਹੀਂ ਮੰਨਦੇ, ਉਹ ਬੜੀਆਂ ਗੱਲਾਂ ਸੁਣਾਉਂਦੇ। ਉਹ ਫਿਰ ਜਜ਼ਬਾਤੀ ਡਾਇਲੋਗ ਉੱਥੇ ਬਹੁਤ ਕਮਾਲ ਨੇ ਅਲਾਉਦੀਨ ਸਾਹਿਬ ਦੇ। ਤੁਹਾਨੂੰ ਪਤਾ ਹਰ ਫਨ ਮੌਲਾ ਹੋਇਆ, ਆਲਰਾਊਂਡਰ ਪਿਆ, ਪਹਿਲਾ ਪਾਕਿਸਤਾਨ ਦਾ ਆਲਰਾਊਂਡਰ ਉਹਨਾਂ ਨੂੰ ਆਖਿਆ ਜਾਂਦਾ। ਕਮਾਲ ਉੱਥੇ ਜਜ਼ਬਾਤੀ ਦੁਖੀ ਡਾਇਲੋਗ ਨੇ, ਫਿਰ ਸਾਰੇ ਮੰਨ ਜਾਂਦੇ ਨੇ ਕਿ ਅੱਜ ਤੋਂ ਬਾਅਦ ਪਿੰਡ ਵਿੱਚ ਇਹ ਕੰਮ ਜਿਹੜਾ ਨਾ ਦੋ ਨੰਬਰ ਇਹ ਨਹੀਂ ਹੋਏਗਾ। ਬੜੀ ਕਮਾਲ ਮੂਵੀ ਹੈ ਯਾਰ, ਵੇਖੋ ਯੂਟਿਊਬ 'ਤੇ ਪਈ ਹੈ, ਤੁਸੀਂ ਵੇਖ ਸਕਦੇ ਹੋ। ਬਾਕੀ ਜਿਹੜਾ ਸਟਾਰ ਅਤੇ ਉਹ ਅਦਾਕਾਰੀ ਜਿਹੜੀ ਪੂਰੀ ਫਿਲਮ ਵਿੱਚ ਹੀ ਇਹਨਾਂ ਦੀ ਅਦਾਕਾਰੀ ਮੁਸਤਫਾ ਟੈਂਟ ਦੀ, ਲੇਕਿਨ ਮੈਂ ਕਹਿੰਦਾ ਉਸ ਬੰਦੇ ਤੋਂ ਸਟਾਰ ਲਿਆ ਗਿਆ, ਫਿਰ ਇੰਨੇ ਅੱਛੇ ਡਾਇਲੋਗ ਬੁਲਵਾਏ ਗਏ, ਫਿਰ ਵੀ ਲੋਕਾਂ ਨੇ ਅੱਜ ਤੱਕ ਉੱਤੇ ਕਦੀ ਗੱਲ ਨਹੀਂ ਸੀ ਕੀਤੀ। ਹੈਰਤ ਨਹੀਂ ਹੈ, ਸਿਰਫ ਜਾਣਦੇ ਰਹੇ ਕਿ ਯਾਰ ਉਹ ਐਕਸਟਰਾ। ਸਿਰਫ ਬੜੀ ਕਮਾਲ ਮੂਵੀ ਹੈ, ਤੁਸੀਂ ਵੇਖੋ। ਮੁਸਤਫਾ ਟੈਂਟ ਦਾ ਕੰਮ ਬੜਾ ਸ਼ਾਨਦਾਰ ਹੈ, ਮੈਨੂੰ ਤਾਂ ਬਹੁਤ ਸਵਾਦ ਆਇਆ। ਇਸ ਵਾਸਤੇ ਮੈਂ ਉਹ ਸੀਨ ਤੁਹਾਡੇ ਸਾਹਮਣੇ ਲਿਆ ਅਤੇ ਫਿਲਮ ਦਾ ਰਿਵਿਊ ਦਿੱਤਾ। ਬਾਕੀ ਦੁਆ ਹੈ ਕਿ ਅੱਲਾ ਪਾਕ ਅਲਾਉਦੀਨ ਸਾਹਿਬ, ਮੁਸਤਫਾ ਟੈਂਟ ਸਾਹਿਬ ਜਾਂ ਬਾਕੀ ਜਿੰਨੇ ਵੀ ਸਾਡੇ ਫਨਕਾਰ ਇਸ ਦੁਨੀਆ ਤੋਂ ਪਰ ਟੁਰ ਗਏ ਨੇ, ਅੱਲਾ ਪਾਕ ਅੱਗੇ ਦਾ ਉਹਨਾਂ ਦਾ ਭਲਾ ਕਰੇ ਅਤੇ ਜਨਤਾ ਹੀ ਕਰ ਦੇ। ਜਿਉਂਦੇ ਵਾਸਤੇ ਰਹੋ। ਕਿ ਕੋਈ ਹੋਰ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਤੀਕਰ ਲਿਆਵਾਂਗੇ ਜੀ। ਰੱਬ ਰਾਖਾ।